ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ, ਸਾਡੀ ਅੱਜ ਦੀ ਵੀਡੀਓ ਦਾ ਜਿਹੜਾ ਉਹ ਵਿਸ਼ਾ ਹੈਗਾ ਉਹ ਹੈਗਾ ਕੈਨੇਡਾ ਤੋਂ 5 ਸਾਲ ਦਾ ਬੈਨ। ਕਿਉਂ ਲੱਗਦਾ ਹੈਗਾ ਕੈਨੇਡਾ ਤੋਂ 5 ਸਾਲ ਦਾ ਬੈਨ? ਇਸ ਤਰ੍ਹਾਂ ਦਾ ਕੀ ਹੋ ਜਾਂਦਾ ਹੈ ਕਿ ਕੈਨੇਡਾ ਮਜਬੂਰ ਹੋ ਜਾਂਦਾ ਤੁਹਾਨੂੰ 5 ਸਾਲ ਵਾਸਤੇ ਬੈਨ ਕਰਨ ਲਈ? ਜਦੋਂ ਤੁਸੀਂ ਐਪਲੀਕੇਸ਼ਨ ਤਿਆਰ ਕਰਦੇ ਹੋ, ਤੁਸੀਂ ਕਰਦੇ ਹੋ ਜਾਂ ਤੁਹਾਡਾ ਏਜੰਟ, ਤੁਹਾਡਾ ਕੰਸਲਟੈਂਟ ਜਦੋਂ ਐਪਲੀਕੇਸ਼ਨ ਤਿਆਰ ਕਰਦਾ ਹੈ, ਕੋਈ ਵੀ ਡਾਕੂਮੈਂਟ ਗਲਤ ਲਾ ਦੇਵੇ, ਫੇਕ ਡਾਕੂਮੈਂਟ ਲਾ ਦੇ, ਤਾਂ ਤੁਹਾਨੂੰ 5 ਸਾਲ ਦਾ ਬੈਨ ਲੱਗਦਾ ਹੈ। ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਜੋ ਅੰਬੈਸੀ ਨੂੰ ਲੱਗੇ ਕਿ ਇਹ ਫਰੋਡ ਹੈ, ਇਹ ਫੇਕ ਹੈ, ਤਾਂ ਤੁਹਾਨੂੰ 100% ਦੋਸਤੋ ਬੈਨ ਲੱਗੇਗਾ। ਇਸ ਤੋਂ ਇਲਾਵਾ ਤੁਸੀਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਅੰਬੈਸੀ ਨੂੰ ਉਸ ਚੀਜ਼ ਦਾ ਪਤਾ ਲੱਗ ਜਾਵੇ, ਫਿਰ ਵੀ ਤੁਹਾਨੂੰ 5 ਸਾਲ ਦਾ ਬੈਨ ਜਿਹੜਾ ਹੈਗਾ ਉਹ ਲੱਗ ਜਾਂਦਾ ਹੈ। ਖਾਸ ਕਰਕੇ ਤੁਹਾਡੀ ਅਮੈਰੀਕਾ ਤੋਂ ਰਿਫਿਊਜ਼ਲ ਹੋਈ ਹੋਈ ਹੈ, ਤੁਸੀਂ ਮੈਂਸ਼ਨ ਨਹੀਂ ਕੀਤੀ, ਤਾਂ ਵੀ ਤੁਹਾਨੂੰ ਜਿਹੜਾ 5 ਸਾਲ ਦਾ ਬੈਨ ਲੱਗ ਸਕਦਾ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ, ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਕਿਸੇ ਵੀ ਕੰਸਲਟੈਂਟ ਦੇ ਥਰੂ ਲਾਓ, ਤਾਂ ਇੱਕ ਵਾਰੀ ਆਪਣੀ ਐਪਲੀਕੇਸ਼ਨ ਜ਼ਰੂਰ ਚੈੱਕ ਕਰੋ। ਕੰਸਲਟੈਂਟ ਨੂੰ ਕਹੋ ਕਿ ਜਿਹੜੀ ਐਪਲੀਕੇਸ਼ਨ ਹੈ ਮੈਨੂੰ ਜ਼ਰੂਰ ਚੈੱਕ ਕਰਾਈ ਜਾਵੇ, ਜੇ ਹੋ ਸਕੇ ਤਾਂ ਕੋਲ ਬਹਿ ਕੇ ਐਪਲੀਕੇਸ਼ਨ ਲਵਾਓ, ਤਾਂ ਕਿ ਤੁਹਾਡਾ ਜਿਹੜਾ 5 ਸਾਲ ਦਾ ਬੈਨ ਹੈ ਉਹ ਨਾ ਲੱਗੇ। ਕਿਉਂਕਿ ਤੁਸੀਂ 5 ਸਾਲ ਅਪਲਾਈ ਨਹੀਂ ਕਰ ਸਕਦੇ, ਜੇ ਇੱਕ ਵਾਰੀ ਬੈਨ ਲੱਗ ਗਿਆ ਤੁਸੀਂ 5 ਸਾਲ ਅਪਲਾਈ ਨਹੀਂ ਕਰ ਸਕਦੇ। 5 ਸਾਲ ਕੀ ਜਿਹੜਾ ਬੈਨ ਹੁੰਦਾ ਨਾ, ਆਲਮੋਸਟ ਕਦੇ ਟੁੱਟਦਾ ਹੀ ਨਹੀਂ, ਬਹੁਤ ਘੱਟ, ਬਹੁਤ ਰੇਅਰ ਚਾਂਸ ਹੁੰਦੇ ਨੇ ਜਦੋਂ ਤੁਹਾਨੂੰ 5 ਸਾਲ ਦਾ ਬੈਨ ਲੱਗਿਆ ਅੱਗੇ ਜਾ ਕੇ ਟੁੱਟ ਜਾਂਦਾ ਹੈਗਾ, ਤੁਹਾਨੂੰ ਵੀਜ਼ਾ ਨਹੀਂ ਮਿਲਦਾ। ਬੈਨ ਤਾਂ 5 ਸਾਲ ਬਾਅਦ ਖਤਮ ਹੋ ਜਾਂਦਾ, ਪਰ ਤੁਹਾਨੂੰ ਵੀਜ਼ਾ ਕਦੇ ਵੀ ਨਹੀਂ ਮਿਲਦਾ, ਕਿਉਂਕਿ ਤੁਸੀਂ ਅੰਬੈਸੀ ਦੀ ਸ਼ੱਕ ਦੀ ਨਿਗਾਹ ਦੇ ਵਿੱਚ ਆ ਜਾਂਦੇ ਹੋ ਕਿ ਬੰਦਾ ਫਰੋਡ ਕਰਦਾ, ਫੇਕ ਹੈ। ਔਰ ਜਿਹੜੇ ਗੋਰੇ ਨੇ ਨਾ, ਇਸ ਚੀਜ਼ ਨੂੰ ਬਹੁਤ ਗਲਤ ਮੰਨਦੇ ਨੇ। ਸਾਡੇ ਕੋਲ ਕਈ ਕਲਾਇੰਟ ਆਉਂਦੇ ਨੇ ਜਿਨ੍ਹਾਂ ਨੇ ਬੈਨ ਲਿੱਤਾ ਹੋਇਆ, ਠੀਕ ਹੈ, ਜਲੰਧਰ ਤੋਂ ਇੱਕ ਫੈਮਿਲੀ ਹੈ, ਹੁਣ ਜਿਹੜਾ ਬੈਨ ਹੈ ਬਹੁਤ ਪੁਰਾਣਾ ਚੱਲਦਾ ਉਹਨਾਂ 'ਤੇ, ਪਰ ਹੁਣ ਉਹਨਾਂ ਦੇ ਬੱਚੇ ਜਾ ਚੁੱਕੇ ਨੇ, ਉਹਨਾਂ ਨੇ ਬਹੁਤ ਪਹਿਲਾਂ ਅਪਲਾਈ ਕੀਤਾ ਸੀਗਾ, ਉਹਨਾਂ ਦੇ ਬੱਚੇ ਜਾ ਚੁੱਕੇ ਨੇ, ਉਹ ਵੀਜ਼ਾ ਲੈਣ ਨੂੰ ਤਰਸ ਰਹੇ ਨੇ। ਜ਼ਰੂਰੀ ਨਹੀਂ ਕਿ ਸਾਨੂੰ ਅੱਜ, ਜੇ ਆਪਾਂ ਤੁਸੀਂ ਅੱਜ ਅਪਲਾਈ ਕੀਤਾ ਨਾ, ਜਿਹੜਾ ਬੈਨ ਲੱਗ ਗਿਆ, ਤੁਸੀਂ ਸੋਚ ਲਿਆ ਕਿ 5 ਸਾਲ ਹੀ ਹੈ, ਤੁਹਾਡੇ ਕੱਲ੍ਹ ਨੂੰ ਬੱਚੇ ਜਾ ਸਕਦੇ ਨੇ, 10 ਸਾਲ ਬਾਅਦ ਆਪਾਂ ਨੂੰ ਕੰਮ ਪੈ ਸਕਦਾ, ਆਪਾਂ ਨੂੰ ਜਾਣਾ ਪੈ ਸਕਦਾ। ਸੋ ਇਹ ਜਿਹੜੀ ਪ੍ਰੋਬਲਮ ਹੈ, ਲਾਈਫ ਟਾਈਮ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਬੈਨ ਤੋਂ ਬਚੋ, ਜਿੰਨਾ ਹੋ ਸਕਦਾ ਤੁਸੀਂ ਬੈਨ ਤੋਂ ਬਚੋ। ਬਚ ਕਿਵੇਂ ਸਕਦੇ ਹੋ? ਜੇ ਤੁਸੀਂ ਆਪਣੀ ਐਪਲੀਕੇਸ਼ਨ ਦਾ ਧਿਆਨ ਰੱਖੋਗੇ। ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਬੈਨ ਹੋ ਸਕਦਾ? ਤੁਸੀਂ ਕੋਈ ਫਰੋਡ ਡਾਕੂਮੈਂਟ ਲਾਤਾ, ਤੁਸੀਂ ਬੈਨ ਹੋ ਜਾਓਗੇ। ਤੁਸੀਂ ਕੋਈ ਰੋਂਗ ਇਨਫੋਰਮੇਸ਼ਨ ਦਿੱਤੀ, ਤੁਸੀਂ ਬੈਨ ਹੋ ਜਾਓਗੇ। ਤੁਸੀਂ ਆਪਣਾ ਕੋਈ ਸਰਟੀਫਿਕੇਟ ਗਲਤ ਲਾਤਾ, ਤੁਸੀਂ ਬੈਨ ਹੋ ਜਾਓਗੇ। ਤੁਸੀਂ ਸਰਚਿੰਗ ਫੰਡ ਲਾਤੇ, ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਹੈਗੇ, ਤੁਸੀਂ ਸਟੇਟਮੈਂਟ ਲਾਤੀ ਗਲਤ ਬਣਾ ਕੇ, ਤੁਹਾਡੇ ਕੰਸਲਟੈਂਟ ਨੇ ਐਡਿਟ ਕਰਕੇ ਤੁਹਾਡੀ ਬੈਂਕ ਸਟੇਟਮੈਂਟ ਬਣਾਤੀ, ਜੇ ਉਹ ਵੈਰੀਫਾਈ ਹੋ ਗਈ ਤੁਸੀਂ 100% ਬੈਨ ਹੋਵੋਗੇ। ਇੱਕ ਅੱਜ ਕੱਲ੍ਹ ਹੋਰ ਚੱਲਦਾ ਹੈਗਾ ਸਰਚਿੰਗ ਫੰਡ, ਕਿਸੇ ਹੋਰ ਦੇ ਨਾਂ ਦੀ ਐਫ ਡੀ, ਤੁਹਾਡੇ ਨਾਂ ਹੀ ਹੋਏਗੀ, ਕਿਸੇ ਹੋਰ ਦੇ ਨਾਂ ਦੀ ਐਫ ਡੀ ਤੁਹਾਡੇ ਨਾਂ 'ਤੇ। ਫਰਜ਼ ਕਰੋ ਤੁਹਾਡਾ ਨਾਂ ਗੁਰਵਿੰਦਰ ਸਿੰਘ ਹੈ, ਕਿਸੇ ਕੰਸਲਟੈਂਟ ਕੀ ਕਰਦੇ ਨੇ, ਗੁਰਵਿੰਦਰ ਸਿੰਘ ਕੋਈ ਹੁੰਦਾ ਹੈ ਨਾ, ਕੋਈ ਹੋ ਸਕਦਾ ਬੈਂਕ ਤੋਂ ਉਹਦੇ ਨਾਂ ਦੀ ਕੋਈ ਐਫ ਡੀ ਲੱਭ ਕੇ ਤੁਹਾਡੇ ਅਕਾਊਂਟ ਦੇ ਨਾਲ ਲਾ ਦਿੰਦੇ ਨੇ, ਪਰ ਜੇ ਕੈਨੇਡਾ ਉਹਨੂੰ ਵੈਰੀਫਾਈ ਕਰ ਲਵੇ ਤੁਸੀਂ ਬੈਨ ਹੋਵੋਗੇ। ਔਰ ਇਸ ਤਰ੍ਹਾਂ ਦਾ ਬੈਨ ਹੈ ਦੋਸਤੋ ਜੋ ਤੁਹਾਨੂੰ ਪੂਰੀ ਜ਼ਿੰਦਗੀ ਜਿਹੜਾ ਹੈਗਾ ਉਹ ਤਕਲੀਫ ਦੇਊਗਾ। ਤੁਸੀਂ ਇਹ ਨਾ ਸੋਚੋ ਕਿ ਤੁਸੀਂ ਕੈਨੇਡਾ ਤੋਂ ਬੈਨ ਹੋ ਗਏ ਕਿਤੇ ਹੋਰ ਚਲੇ ਜਾਓਗੇ। ਅੱਜ ਕੱਲ੍ਹ ਸਾਰਾ ਸਿਸਟਮ ਜਿਹੜਾ ਹੈਗਾ ਨਾ ਉਹ ਔਨਲਾਈਨ ਹੈਗਾ। ਤੁਸੀਂ ਆਸਟ੍ਰੇਲੀਆ ਅਪਲਾਈ ਕਰੋਗੇ, ਠੀਕ ਹੈ, ਤੁਸੀਂ UK ਅਪਲਾਈ ਕਰੋਗੇ, ਤਾਂ ਇਹ ਜਿਹੜਾ ਵੀਜ਼ਾ ਆਫਿਸਰ ਹੈ ਉਹਦੇ ਕੋਲ ਪਾਵਰ ਹੁੰਦੀ ਹੈ, ਜੇ ਤੁਸੀਂ ਨਹੀਂ ਵੀ ਦੱਸੋਗੇ ਤਾਂ ਤੁਹਾਡੀ ਐਪਲੀਕੇਸ਼ਨ ਨੂੰ ਚੈੱਕ ਕਰ ਸਕਦਾ ਵੀ ਕਿਤੇ ਹੋਰ ਤੋਂ ਇਹ ਬੈਨ ਤਾਂ ਨਹੀਂ, ਕਿਤੇ ਹੋਰ ਕਿਤੇ ਰਿਜੈਕਸ਼ਨ ਤਾਂ ਨਹੀਂ। ਸੋ ਬੈਨ ਤੋਂ ਬਚੋ, ਜਿੰਨਾ ਬਚ ਹੁੰਦਾ ਆਪਦਾ ਜਿਹੜੇ ਸਾਫ਼ ਸੁਥਰੇ ਕਾਗਜ਼ ਲਾਓ, ਆਪਦੀ ਜੈਨੂਅਨ ਪ੍ਰੋਫਾਈਲ ਬਣਾਓ। ਪ੍ਰੋਫਾਈਲ ਬਣਾਉਣੀ ਹੁੰਦੀ ਤੁਸੀਂ ਆਪ ਬਣਾ ਸਕਦੇ ਹੋ, ਜਾਂ ਕਿਸੇ ਜੈਨੂਅਨ ਕੰਸਲਟੈਂਟ ਕੋਲ ਚਲੇ ਜਾਓ ਕਿ ਮੈਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, UK, ਸ਼ੈਨਿੰਗਨ ਜਾਣਾ ਚਾਹੁੰਦਾ ਹੈਗਾ। ਖਾਸ ਕਰਕੇ ਜਿਹੜੇ ਸ਼ੋਰ ਸ਼ੋਟ ਵਾਲੇ ਕੰਸਲਟੈਂਟ ਨੇ, ਜਿਹੜੇ ਤੁਹਾਨੂੰ ਕਹਿੰਦੇ ਨੇ ਨਾ ਕਿ ਅਸੀਂ ਤੁਹਾਡਾ ਸ਼ੋਰ ਸ਼ੋਟ ਵੀਜ਼ਾ ਲਵਾ ਦੇਵਾਂਗੇ, ਜਿਹੜਾ ਸ਼ੋਰ ਸ਼ੋਟ ਹੈ ਨਾ ਦੋਸਤੋ ਉਹ ਪੇਪਰ ਬਣਾ ਕੇ ਹੀ ਲੱਗਦਾ ਅਤੇ ਫੇਕ ਪੇਪਰ ਬਣਦੇ। ਸੋ ਬਚੋ ਇਹਨਾਂ ਚੀਜ਼ਾਂ ਤੋਂ ਜਿੰਨਾ ਬਚ ਹੁੰਦਾ, ਆਪਣੇ ਬੈਨ ਨੂੰ ਜਿਹੜਾ ਹੈਗਾ ਉਹ ਬਚਾਓ, ਅਦਰਵਾਈਜ਼ ਤੁਸੀਂ ਫਿਰ ਜ਼ਿੰਦਗੀ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੁਹਾਨੂੰ ਪਏਗਾ। ਸੋ ਬਚੋ ਜਿੰਨਾ ਬਚ ਸਕਦਾ ਹੈਗਾ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡਾ ਜਿਹੜਾ ਹੈਗਾ YouTube ਚੈਨਲ ਸਬਸਕ੍ਰਾਈਬ ਕਰਦੇ ਹੋ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਬੈੱਲ ਦਾ ਬਟਨ ਜ਼ਰੂਰ ਦਬਾਓ, ਤਾਂ ਕਿ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਮਿਲ ਸਕੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ 'ਤੇ ਲਾਈਕ ਕਰ ਸਕਦੇ ਹੋ, ਸਾਨੂੰ ਇੰਸਟਾ 'ਤੇ ਫੋਲੋ ਕਰ ਸਕਦੇ ਹੋ, ਅਤੇ ਸਕਰੀਨ 'ਤੇ ਚੱਲ ਰਹੇ ਨੰਬਰਾਂ 'ਤੇ ਸਾਨੂੰ ਕਾਲ ਕਰ ਸਕਦੇ ਹੋ।
ਸੋ ਬਹੁਤ ਬਹੁਤ ਧੰਨਵਾਦ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਅਤੇ ਹੋਰ ਇਸ ਤਰ੍ਹਾਂ ਦੀਆਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ। ਸਤਿ ਸ਼੍ਰੀ ਅਕਾਲ।